चाहिए भाई अपनी संग पे कहीं उपर नहीं भेजनी चेक कर ला खोल के बच्चर निकली जाने जो बच्चर निकलिया फिर की करिए जट्टू अनबॉक्सिंग देख ली एक बार समानशाला है कि ना बल्ले 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 आज भाई आज हाँ लटो पिंक तड़के तड़के शोर ला लिया मूह जा लिया के बस तार ना टुटे उल्टा जिसे मर्जी दी है ओ सामने दिखी जी एडी हां पक्की है तो बस है हाँ जी काम ही खड़ जूगा जमा गड्ढा ही खड़ जूगा अल्लाह भी इधर बोगे चाचे और कहते गुआढ़िया ने ताजा ताजा लाया शोर से काले भलवान नू बुला लिया तो कहते कर दे ढिड कट्ठा शोर का हाँ जी सारिया सहूलत ट्राली उधरों तक के रखनी है कहते शोर परले पासे डिग दी ठीक है सर ठीक है उन्हें स्वागत करते हैं गुड मॉर्निंग जी सत श्री अकाल सारिआं नूं स्वागत है अपने नवे ब्लॉग च अज 21 मगर 6 दसंबर साल 2023 बुधवार का दिन समा 9 बजे का हो गया बस 4 मिनट बाकी ने ते सड़क करती जाम लाता धरना रुक जाओ भाई रुक जाओ ते बाकी धन्यवाद भाई सारा का वीडियो क्लिक करने वास्ते एंड तक लाजमी देखो ब्लॉग सू बाकी बहुत ज़्यादा वधिया लगन वाला इस गल की गरंटी सू पहलियां दिन तो लाइक वाला अंगूठा जहाँ भी तुम पहलियां ही दबदे हो नवे आए हो चैनल सबसक्राइब कर लियो फेसबुक पर देख लो तो पेज में फॉलो लाजमी कर लियो पिंड वाला देसी परदेसी माहौल सू गाल गप्पे तो रह दिखाते रहने जिहड़ा तुम घर परिवार च बैठ के देख सकते हो गे इधर नौजवान होया पे लड़ो भी तड़के तड़के देखो की बनता शोर का चल भाई चल तो बस भी आ गई सीधी बठिंडे ते एक भाई तखड़ कलां तो वीर कहना हुंदा गा कि अज बठिंडा बठिंडा नहीं करया बस देख के हाल है काले भलवान ने इत्थे सी शोर है पहला जमा उत्थे मैं वीडियो स्टार्ट नहीं करी सदों मतलब सड़क तो इतों धक् के पहला उन्ना क लै गया पर फिर उधर नूं पलटदा सी तां करके नाल ट्राली लाई है पर बठिंडा ही बठिंडा बस सीधी बठिंडा सरदूलगढ़ तो बठिंडा टप जो जी टप जो ਕਿਵੇਂ ਕਲਿਆ ਬਸ ਕੇ ਬਹੁਤਾ ਕੀ ਕਹਿੰਦੀ ਸੰਗਤ ਜਿਉਂਦਾ ਰਹਿ ਜੋ ਕੁ ਸੰਗਤ ਸਹੀ ਹੈ ਸਹੀ ਆ ਅੱਛਾ ਸਾਰੀ ਮੁਹੱਬਤ ਦੀ ਸੰਗਤ ਆਪਣੀ ਠੀਕ ਹੈ ਕੀ ਬਣਦਾ ਅੱਜ 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 ਬਾਹਰ ਅੰਦਰ ਦੇ ਕੰਮ ਹੀ ਨੇ ਬਾਹਰ ਅੰਦਰ ਦੇ ਕੰਮ ਤੇ ਉਹ ਆਪਣਾ ਟਰੈਕਟਰ ਸਟਾਰਟ ਕਰਨ ਵਾਲਾ ਕੰਮ ਵਿਚਾਲੇ ਪਿਆ ਉਹ ਕਰਦੇ ਆਪਾਂ ਕੁਝ ਨਹੀਂ ਕੱਲ ਨੂੰ ਕਰ ਦਈਏ ਫਿਰ ਪਰਸੋਂ ਤੇ ਜਾਣਾ ਪੈਣਾ ਪਰਸੋਂ ਦੇ ਕੱਲ ਨੂੰ ਵੀ ਬਿਜੀ ਆ ਬਾਹਰ ਦਾ ਕੰਮ ਹੈ ਲੋਡ ਆ ਚਲਾ ਗੱਡੀ ਹਟਾ ਕੇ ਨਾ ਆਪਣੀ ਪਿੱਛੇ ਟਰੰਕ ਆਉਂਦਾ ਨਹੀਂ ਮਾੜੀ ਜਿਹੀ ਲਿਫਟ ਤੋਂ ਸੇਵ ਕਰ ਯਾਰ ਨਹੀਂ ਲਈ ਫਿਰਦਾ ਕਰਦਾ ਓਏ ਤੂੰ ਇੱਥੇ ਨਾ ਵੜ ਇੱਕ ਵਾਰੀ ਤਾਂ ਜਾ ਕੇ ਹੋ ਜੂ ਆਪ ਹੀ ਥੱਲੇ ਕੀ ਹੋ ਗਿਆ ਅੱਛਾ ਥੱਲੇ ਨਹੀਂ ਆਉਂਦੀ ਆ ਨਿੱਪਲ ਨਹੀਂ ਸਮਾਰ ਕੇ ਲੱਗੇ ਹੋਣਾ ਤਾਂ ਕਰਕੇ ਨਹੀਂ ਹੋਈ नहीं नहीं बस हो गई लिंकां नाल ही हो जांदी हुंदी आ
ਕਦੇ ਵੀ ਟਰਾਲੀ ਜਿਹੜੀ ਹੋਈ ਹੋਵੇ ਇਸ ਰੋਟ ਤੇ ਆ ਲਿੰਕਾਂ ਨੂੰ ਦੋ ਕੁ ਵਾਰੀ ਪੰਪ ਕਰ ਦੇਣਾ। ਉਹ ਆ ਗਈ ਚਾਚਾ ਥੱਲੇ ਆਈ ਜਾਂਦੀ ਆ ਹਟ ਦੋ ਆ ਗਈ ਸੀ ਪਹਿਲਾਂ ਲੀਵਰ ਥੱਲੇ ਆ ਦੋਨੇ ਲੀਵਰ ਤਾਂ ਥੱਲੇ ਕਰ ਦਿਓ ਬਸ ਬਸ ਆ ਗਈ ਆ ਗਈ ਲੋਟਾ ਬਸ ਇੰਨਾ ਕੰਮ ਸੀ। ਇਹ ਕਈ ਵੀ ਰਿਆਸ਼ੇ ਦੀ ਵੀ ਅੜ ਜਾਂਦੀ ਨਾ ਚੱਲਦੇ ਦੇ ਸਟਾਰਟ 'ਚ ਉਹਦੇ ਲਿੰਕਾਂ ਨੂੰ ਪੰਪ ਕਰਦੇ ਥੋੜ੍ਹਾ ਜਿਹਾ ਫਿਰ ਥੱਲੇ ਡਿੱਗ ਪੈਂਦੀ ਅੜਦੀ ਨਹੀਂ ਟਰਾਲੀ। ਲਓ ਵੀ ਸ਼ਹਿਰ ਤੋਂ ਹਟ ਜਾਓ ਸੜਕ ਤੋਂ ਬੱਲੇ ਬੱਲੇ ਜੀ ਆਓ ਕਿਵੇਂ ਆ ਭਾਈ ਗਵਾਂਢ ਗਾ ਸੈੱਟ ਆ ਹਾਈਏ ਕਾਲਾ ਕਹਿੰਦਾ ਦਊਂਗਾ ਕਿਹੜੇ ਹੋਰ ਪਾਹਾਂ ਨਾ ਕਿਤੇ ਲਾ ਦੀ ਉਹ ਸੋਲਰ ਦੇ ਉੱਤੇ ਨਾ ਰੱਖ ਦੀ ਸੋਲਰ ਤੇ ਨਾ ਧਰਦੀ ਮੂੰਹ ਜਾ ਇਹਦਾ ਹਾਂ ਕੀ ਹੋ ਗਿਆ ਭਲਵਾਨ ਉਧਰੋਂ ਬਾਬਾ ਕਹਿੰਦਾ ਉੱਤੇ ਕੀ ਰੱਬ ਤੇ ਭੇਜਣੀ ਹੁਣ ਬਹੁਤ ਹੋ ਗਈਆਂ ਛੱਡੀਆਂ ਉੱਚੀਆਂ ਬਾਬੇ ਨੇ ਤਾਂ ਹੁਣ ਸਹੀ ਕਾਨੂੰਨ ਪਾਸ ਕਰਤਾ ਫਿਰ ਕਰੀਏ ਕੀ ਮੰਨਦਾ ਤਾਂ ਨਹੀਂ ਬੋਗਾ ਇਹਨੂੰ ਹੁਣ ਘੁਮਾਓਗੇ ਚਲੋ ਘੁਮਾ ਦਿਓ ਕੋਈ ਨਾ ਘੁਮਾ ਦਿਓ ਉੱਚੀਆਂ ਤਾਂ ਬਹੁਤ ਹੈ ਬੋਗਾ ਮੰਨ ਲਾ ਗੱਲ ਬਾਬੇ ਦੀ ਤੂੰ ਵੀ ਅੜੀ ਵਾਲਾ ਵਾਲਾ ਤੂੰ ਵੀ ਚੱਲ ਚੱਲ ਕਾਕਾ ਚੱਲ ਘੁਮਾ ਦਿਓ ਬਈ ਲੈ ਬਈ ਉੱਪਰੇ ਸਾਰੇ ਨਾੜ ਕੱਢਣੇ ਪੈਣਗੇ ਆਹ ਫਿਰ ਜਮੀ ਕੰਮ ਖੱਡੇ ਮੜੀ ਚਿਰ ਹੋਜੂਗਾ ਚੱਲ ਭਲਵਾਨ ਸ਼ੌਰ ਦੇ ਉੱਤੇ ਸ਼ੌਰ ਧਰ ਦੇ ਤਾਰ ਤੋਂ ਬਚਤ ਰੱਖੀ ਬਸ
ਅੱਗੇ ਪਿੱਛੇ ਘੁੰਮਣ ਕੈਮਰੇ ਸੜਕ ਤੋਂ ਮਾੜਾ ਜਿਹਾ ਸਾਈਡ ਤੇ ਚੰਗੀ ਆ ਕੋਟੀਆਂ ਛੋਟੀਆਂ ਪਾ ਕੇ ਕਿੱਧਰ ਗਿਆ ਮਿਸਤਰੀ ਅੱਜ ਛੁੱਟੀ ਤੇ ਅੱਛਾ ਤਾਂ ਹੀ ਅੱਜ ਬਦਲਵੇਂ ਜੇ ਕੱਪੜਿਆਂ 'ਚ ਲੱਗੀ ਇਹਨਾਂ ਦਾ ਠੀਕ ਆ ਆ ਜਾ ਤੈਨੂੰ ਛੱਡੀਆਂ ਦਿਖਾਉਂਦੇ ਹਾਂ ਝੱਕਮਗਾ ਹਾਂ ਕਰੀ ਆ ਹਾਂ ਡੂਢ ਸੌ ਦਾ ਟੱਪ ਗਿਆ ਮੈਨੂੰ ਲੱਗਦਾ ਜਾਊਗੀ ਬਸ ਮੈਂ ਇਹਨੂੰ ਕਿਹਾ ਤਾਰ ਦਾ ਧਿਆਨ ਰੱਖੀ ਹੋਰ ਤਾਂ ਠੀਕ ਹੈ ਕੰਮ ਇੱਥੇ ਦੀ ਟਰਾਲੀ ਇਧਰੋਂ ਪੱਟ ਕੇ ਉਧਰ ਲਵਾਈ ਆ ਟਰਾਲੀਆਂ ਨਾਲ ਹੋਰ ਇਸ ਹਿਸਾਬ ਨਾਲ ਟਰਾਲੀਆਂ ਨਾਲ ਹੋਰ ਮੰਗਾਉਣੀਆਂ ਪੈ ਜਾਣ ਧੱਕ ਲਾਉਣ ਵਾਸਤੇ ਚੱਲ ਲਾ ਦੇ ਇੱਕ ਮੂੰਹ ਜਾ ਹੋਰ ਵੱਧ ਗਿਆ ਕੰਮ ਤਾਂ ਸੰਗਤ ਵਾਹਵਾ ਪਹੁੰਚ ਗਈ ਵਿਹਲੀ ਰੁੱਤ ਆ ਨਾ ਚੱਲ ਬਈ ਚੱਲ ਨਹੀਂ ਨਹੀਂ ਪਹੁੰਚ ਗਈਆਂ ਕਿੰਨੀ ਪਲਟੀ ਚੱਕੀ ਜਾ ਗਈ ਛੋਟੀਆਂ ਦੇ ਝੂਰਾ ਬਣਾ ਦੇਣ ਕਿਤੇ ਖੇਡਦੇ ਖੇਡਦੇ ਉਹ ਟਰਾਲੀ ਦੇ ਵਿੱਚ ਡਿੱਗੂ ਉੱਤੋਂ ਹੈਵੀ ਡਰਾਈਵਰ ਆ ਤੂੰ ਵੀ ਕਹੀ ਜਾਂਦਾ ਕੰਮ ਵਾਹਵਾ ਵੱਧ ਗਿਆ ਮਗਾ ਕੰਮ ਵੱਧ ਗਿਆ ਵੀਰੇ ਕਿਤੋਂ ਬਾਹਰੋਂ ਉੱਥੋਂ ਲੈ ਆਉਣਗੇ ਜਿੱਥੇ ਛੱਡੀਆਂ ਉੱਥੋਂ ਤੜਕੇ ਲੈ ਆਉਣਗੇ ਨਾ ਨਾ ਖੰਭੇ 'ਚ ਨਹੀਂ ਲੱਗੀ ਅੱਧਾ ਸ਼ੋਰ ਤਾਂ ਵਾਪਸੀ ਹੈਗੇ ਨਾ ਖੜਦੀ ਨਹੀਂ ਵਿੱਚ ਡਿੱਗੂ
ਬਹੁਤ ਆ ਯਾਰ ਬਹੁਤ ਆ ਬਹੁਤ ਆ ਤੀਜੀ ਬੱਸ ਆ ਗਈ ਬਠਿੰਡੇ ਨੂੰ ਨਹੀਂ ਚਿਰ ਤਾਂ ਥੋੜ੍ਹੀ ਹੋਇਆ ਬੱਸਾਂ ਹੀ ਬੱਸ ਛੇਤੀ ਵਗ ਜਾਂਦੀਆਂ ਨੇ ਸਰਦੂਲਗੜ੍ਹ ਜੀ ਸਰਦੂਲਗੜ੍ਹ ਸਿੱਧਾ ਸਰਦੂਲਗੜ੍ਹ ਬਠਿੰਡੇ ਤੋਂ ਤੀਜੀ ਬੱਸ ਆ ਗਈ ਬਠਿੰਡੇ ਨੂੰ ਮੈਂ ਕਿਹਾ ਬੱਸ ਕਰੋ ਹਾਂ ਉਹ ਕਹਿੰਦਾ ਇੰਨਾ ਟਾਈਮ ਹੋ ਗਿਆ ਸਿੱਧੂ ਕਹਿੰਦਾ ਲੱਗਿਆ ਨੂੰ ਨਾ ਨਾ ਮੈਂ ਕਿਹਾ ਬੱਸ ਹੀ ਛੇਤੀ ਆ ਜਾਂਦੀ ਆ ਠੀਕ ਆ ਜਗ੍ਹਾ ਲੋਟ ਆ ਬੱਸ ਬਹੁਤ ਆ ਲੋਟ ਆ ਆ ਚੱਲੀਏ ਤੈਨੂੰ ਮੁੰਡੇ ਨੂੰ ਮਿਲਾ ਕੇ ਲਿਆਉਣਾ ਸਾਡੇ ਨੂੰ ਠੀਕ ਆ ਚੰਗਾ ਇਧਰੋਂ ਮਿਸਤਰੀ ਭਾਈ ਆਪਣਾ ਇੰਨਾ ਕੁ ਤਾਂ ਮਜ਼ਾਮਾ ਕੱਲ੍ਹ ਬੁਣ ਗਿਆ ਅਤੇ ਆਹ ਦੇਹੜੀ ਰਹਿੰਦੀ ਸੀ ਬਣਾਉਣ ਵਾਲੀ ਦੇਹੜੀ ਬਣਾ ਕੇ ਸ਼ਾਮ ਜੇ ਨੂੰ ਯਾਦ ਧਰ ਲਈਆਂ ਅਤੇ ਗੱਲ ਉਹ ਕਹਿੰਦਾ ਬਈ ਇੱਕ ਤਾਂ ਕੰਮ ਖਿੱਚ 'ਚ ਟਾਈਮ ਕੱਢ ਕੇ ਆਇਆ ਸੀ ਦੂਜਾ ਉਹ ਕਹਿੰਦਾ ਬਈ ਥੋੜ੍ਹਾ ਜਿਹਾ ਕੰਮ ਗਿੱਲਾ ਪਲੇਟਾਂ ਪਲੂਟਾਂ ਰੱਖਣ ਵੇਲੇ ਨਾਲੇ ਕੰਧ ਹੱਲੂ ਨਾਲੇ ਆਪਣੀ ਆਹ ਲਾਈ ਆ ਪੈਪ ਥੱਲੇ ਜਿਹੜੀ ਭਰ ਕੇ ਲਿਆਂਦਾ ਮਾਲ ਪੱਤਾ ਥੱਲੋਂ ਅਤੇ ਨਾਲੇ ਇਹ ਹੱਲੂ ਫਿਰ ਕਹਿੰਦਾ ਤਾਂ ਕਰਕੇ ਸਮਾਨ ਪੱਕ ਜਾਣ ਦੇ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਲਾ ਜੇ ਸ਼ਾਇਦ ਫਿਰ ਉਹ ਕਹਿੰਦਾ ਮੈਨੂੰ ਦੱਸ ਦੇ ਜਿਹੜੇ ਹਿਸਾਬ ਨਾਲ ਲਾਉਣਾ ਅਤੇ ਕੰਮ ਉਹ ਤੋਂ ਹੋਰ ਵੀ ਲੈਣਾ ਸੀਗਾ ਕੰਮ ਫਿਰ ਥੋੜ੍ਹਾ ਜਿਹਾ ਭੱਜ ਦੌੜ 'ਚ ਉਹਦਾ ਆਪੜ ਛੱਤੀ ਬਣਵਾਉਣੀ ਸੀਗੀ ਅਤੇ ਇਹ ਪਹਿਲਾਂ ਕੱਚਾ ਜਿਹਾ ਕੰਮ ਕਰਿਆ ਪਿਆ ਮਤਲਬ ਆ ਬਾਲਾ ਲਾ ਕੇ ਅਸੀਂ ਆਹ ਧਰਤੇ ਸੀਗੇ ਬਾਲੇ ਆਪਣੇ ਅਤੇ ਉੱਤੇ ਸਮਾਨ ਸਾਲਾ ਰੱਖਤਾ ਜਿੰਨਾ ਕੰਮ ਆਪਣਾ ਘਰ ਪਰਿਵਾਰ ਵਾਲਾ ਆਮ ਰੱਖਣ ਵਾਲਾ ਸੌਦਾ ਹੁੰਦਾ ਅਤੇ ਇਹਨੂੰ ਸਾਡੇ ਇੱਧਰ ਪੜਛੱਤੀ ਕਹਿੰਦੇ ਆ ਤੁਸੀਂ ਲਾਜ਼ਮੀ ਦੱਸਿਓ ਬਈ ਇਹਨੂੰ ਕੀ ਕੀ ਆਖਦੇ ਹੋ ਜਿਹਦਾ ਮਤਲਬ ਐਂ ਬਣਾ ਕੇ ਆਪਣਾ ਸਮਾਨ ਸਮੂਨ ਰੱਖਣ ਨੂੰ ਕੰਮ ਸੈੱਟ ਕਰਦੇ ਹੁੰਦੇ ਆ ਖੈਰ ਧੁੱਪ ਅੱਜ ਸੋਹਣੀ ਨਿਕਲਿਆ ਜੀ ਅਤੇ ਸਮਾਂ ਹੋ ਗਿਆ 9:13 ਦਾ ਅਤੇ ਪ੍ਰਸ਼ਾਦਾ ਪਾਣੀ ਛਕ ਲਈ ਅਗਲੀ ਕਹਾਣੀ ਨਾਲ ਨਾਲ ਸੁਣਾਉਂਦੇ ਰਹਾਂਗੇ ਅਤੇ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪਾਪੇ ਨਾ ਮੈਂ ਉੱਥੇ ਖੜਾ ਸੀਗਾ ਕਾਲਾ ਛੱਡੀਆਂ ਚੱਕੀ ਜਾਂਦਾ ਹਾਂ ਬਈ ਦੇਖਣ ਵਾਲਿਆਂ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਵੀਡੀਓ ਐਂਡ ਤੱਕ ਦੇਖਿਆ ਕਰੋ ਦੇਖਿਆ ਕਰੋ ਅਤੇ ਖਾ ਲਏ ਪ੍ਰਸ਼ਾਦੇ ਹਾਂ ਕੀ ਕਹਿੰਦਾ ਮਿਸਤਰੀ ਅੱਜ ਮਿਸਤਰੀ ਤਾਂ ਅੱਜ ਕੱਲ੍ਹ ਨੂੰ ਅੱਜ ਕੱਲ੍ਹ ਉਹ ਦਿਨ ਖੜ ਜੋ ਹੋਇਆ ਸੀ ਉਹਦਾ ਮੋਟਰ ਦੇ ਨਹੀਂ ਕੱਟ ਕੇ ਮੋਨ ਵਾਲਾ ਚਲ ਟਰੈਕਟਰ ਮਗਰ ਪਾਈ ਹੋਈ ਆ ਰੇੜੀ ਜੀ ਦੱਸਦੀ ਆ ਕਿ ਅੱਜ ਦਾਸ ਮੱਛੀ ਮੋਟਰ ਨੂੰ ਹਵਾ ਦਵਾਉਣਗੇ ਹਵਾ ਲਵਾਉਣਗੇ ਇਹਨੂੰ ਬਾਹਰ ਕੱਢ ਕੇ ਅਤੇ ਚੱਲਦੀ ਤਾਂ ਠੀਕ ਸੀ ਬਿਜਲੀ ਕਈ ਵਾਰੀ ਮਾੜਾ ਮੋਟਾ ਪਾਣੀ ਘਟਾ ਜਾਂਦੀ ਤਾਂ ਮਾੜਾ ਅੱਜ ਪਾਈਪਾਂ ਪੂਪਾਂ ਚੈੱਕ ਕਰਦੇ ਹਾਂ ਇਹਦੀਆਂ ਵੈਸੇ ਵਿਹਲੇ ਸੀ ਇੰਨੇ ਨਾਲ ਚੱਲ ਬਾਰਿਸ਼ ਹੁੰਦੀ ਰਹਿੰਦੀ ਆ ਅਤੇ ਆਪਣਾ ਮਨਪ੍ਰੀਤ ਅਤੇ ਹੈਪੀ ਆਪਣਾ ਅਤੇ ਹੁਣ ਇਹ ਤੁਸੀਂ ਦੇਖੋਗੇ ਵੀ ਇਹ ਪੱਕਾ ਖੂਹ ਆ ਕਿਵੇਂ ਕੀ ਸਿਸਟਮ ਆ ਅਤੇ ਅਸਲ 'ਚ ਇਹ ਪਹਿਲਾਂ ਮੋਟਰ ਹੁੰਦੀ ਸੀ ਵੀਰੇ ਮੋਨੋ ਬਲਾਕ ਅਤੇ ਇਹਦੇ 'ਚ ਜਿਹੜਾ ਆਹ ਸਮਾਨ ਪਾਇਆ ਸੀ ਬੋਰ ਦਾ ਇਹ ਮੱਛੀ ਮੋਟਰ ਵਾਲੀ ਪਾ ਲਿਆ ਸੀ ਅਤੇ ਵੀ ਜੇ ਆਪਣੀ ਉਹ ਠੀਕ ਰਹੀ ਮੋਨੋ ਬਲਾਕ ਤਾਂ ਉਹਦੇ ਨਾਲ ਕੰਮ ਚਲਾਈ ਜਾਵਾਂਗੇ ਪਰ ਫਿਰ ਉਹੀ ਕੰਮ ਹੁੰਦਾ ਉਹਦਾ ਜਿਵੇਂ ਉਹ ਭਰ ਲਈ ਮੋਟਰ ਆਪਾਂ ਕੱਢ ਲਈ ਕਦੇ ਧਰ ਲਈ ਅਤੇ ਹੁਣ ਬੜੇ ਸਾਲਾਂ ਬਾਅਦ ਇਹਨੂੰ ਅੱਜ ਆ ਕੇ ਛੇੜਿਆ ਅਸੀਂ ਅਤੇ ਤਾਂਹੀਆਂ ਤਾਂ ਇਹ ਥੌੜਿਆਂ ਨਾਲ ਨਟਾਂ ਦੀ ਕੁੱਟ ਭੰਨ ਹੋਈ ਜਾਂਦੀ ਆ ਅੱਜ ਇਹਨੂੰ ਕੱਢਦੇ ਹਾਂ ਅਤੇ ਇਹਦਾ ਸਿਸਟਮ ਦੇਖਦੇ ਹਾਂ ਅੰਦਰੋਂ ਕੀ ਚੱਕਰ ਆ ਕਈ ਵਾਰੀ ਮਾੜਾ ਮੋਟਾ ਪਾਣੀ ਦੀ ਵੀ ਗੰਧੜ ਜੀ ਆ ਜਾਂਦੀ ਆ ਤਾਂ ਮਾੜੀ ਅੱਜ ਚੈੱਕ ਕਰ ਲਾਂਗੇ ਇਹਨੂੰ ਸਹੀ ਸਲਾਮ ਤੋਂ ਹੀ ਤਾਂ ਵਾਪਸ ਅੰਦਰ ਹੀ ਭੇਜ ਦਿਆਂਗੇ ਚੱਲ ਵੀ ਨੌਜਵਾਨ ਚੈੱਕ ਅਤੇ ਇੱਧਰ ਸੋਲਰਾਂ ਵਾਲਾ ਵੀ ਠੀਕ ਆ ਮਾਹੌਲ ਇੱਥੇ ਉਹ ਕਿਵੇਂ ਚਾਚਾ ਠੀਕ ਆ ਜੀ ਹਾਂ ਅੱਛਾ ਉੱਧਰ ਗੱਲ ਕਰਦੇ ਦਾਸ ਨੂੰ ਟੈਲੀਫੋਨ ਆ ਗਿਆ ਪਾਰਸਲ ਵਾਲੇ ਵੀਰ ਦਾ ਆਪਣਾ ਮਨਪ੍ਰੀਤ ਬਹੁਤ ਜ਼ਰਦਾ ਲੱਗਿਆ ਸੀ ਕਿ ਉਹ ਡਾਟਿਆਂ ਵਾਲੇ ਹੈੱਡਫੋਨ ਲੈਣੇ ਆ ਬਲੂਟੁੱਥ ਵਾਲੇ
ਤੇ ਉਹ ਮੰਗਾਏ ਸੀਗੇ ਕਿਹੜੇ ਆ ਕਿਹੋ ਜਿਹਾ ਕਿਵੇਂ ਆ ਨਾਲ ਇੱਕ ਤਾਰ ਵਾਲੇ ਮੰਗਾਏ ਸੀ ਅਤੇ ਉਹ ਪਾਰਸਲ ਵਾਲਾ ਵੀਰ ਪਿੰਡ ਦੁਕਾਨ 'ਤੇ ਖੜਾ ਗਾ ਪਾਰਸਲ ਫੜ ਕੇ ਲਿਆਉਣਾ ਅਤੇ ਨਾਲੇ ਮਾੜਾ ਮੋਟਾ ਕੋਈ ਇੱਥੇ ਸਮਾਨ ਚਾਹੀਦਾ ਸੀ ਜਿਹੜਾ ਉਹ ਲੈ ਆਵਾਂਗੇ ਦੋਨੇ ਕੰਮ ਕਰਕੇ ਅਤੇ ਫਿਰ ਵਾਪਸ ਆਉਣਾ ਖੇਤ ਦੁਬਾਰਾ चेक कर ला खोल के बजर निकली जाने विचों क्या नहीं हुंदा जे बजर निकलिया फिर की करिए फिर साग दी बधाइयां अपने समाने दी बधाइयां ते माता होरां ने धरिया होया साग ते जल्दी जल्दी आपां इहदी नाल ही कुंडा घोटना खड़की जांदा ते इहदी अनबॉक्सिंग करदे आं आपां जट्टू अनबॉक्सिंग ते देख लई इक वारी समान साला विच हैगा कि ना ते अपना ट्राईपॉड हो रहे हाथ च ते फिर जल्दी जल्दी खेत वापस चलते हैं तो जाके मोटर कढ़ते हैं हूँ तो मैं पैकेट फड़न तो पहला चंगी तरह एक बार चेक कर लिया सिस्टम जिहड़ा कि लाजमी आपां नूं चेक कर भी लेना चाहिए कि पहले ना उधड़े पाटे हो गए तो आपां उहदे बॉक्स जो कढ़ते हैं इहनूं देख रहे हैं कि कुछ सिस्टम हैगा खाली मई पहला तो भाई बिल और हथ लगे अपने जेडे कि 1498 रुपये बने से दो आइटमां दे एक हैडफोन अपने तार वाले ते काले बोट दे ते इहदा मॉडल हैगा आइटम 81 बोट दो दो मैक है कहिंदा दोनां दे चार मैक ने गे ते टोटल प्ले टाइम 50 घंटे हैगा ते सू तां माहौल बाकी इक्को ही हुंदा काम कोई बड़ा फर्क नहीं हुंदा इहनां च ते इह रेट इहदा देखदे आं पहले इहनूं खोल लईए विच हैगे भी आ कि नहीं है ना मम्मी बहुत भेड़ी वधिया क्वालिटी दी लगदी जिहड़ी कि आह ने मेन भाई साहब हैडफोन कन्न पाई गल नहीं सुनदी घरे भावे चोर आए फिरदे हुण ते तां करके मनप्रीत कहिंदा सिंपल ही मंगवाई ते मैं सिंपल मंगवावांगे चाहे इन्नी की कहानी है इन्हां दी हैडफोन दी ते बाकी इन्हां नूं ला लो के तो फिर ही टेस्ट करांगे ते केरा खेत जाना यह है बई रेट इन्हों का 1099 रुपये जाने कि 1100 रुपये दे आए ने ये आ वाले 400 रुपये दे ने गे तो सिंपल काम इन्हों का भी ठीक होंगे गा सौदा है ना ना भी तो अं खुले जाने कोई बड़ी वीड्डी गल नहीं हैगी
ਗਿਫਟ ਅਨਬਾਕਸਿੰਗ ਕਰਾਂਗੇ ਆਪਣੀ ਆ ਲਓ ਵੀ ਸਮਾਂ ਦੀ ਘਾਟ ਹੈ ਇੱਕ ਤਾਂ ਹੈ ਮਾੜੀ ਜੀ ਗੁੱਸਾ ਲੈ ਰਹੀ ਨਾ ਇਹ ਹੈਗਾ ਸ਼ੋਮੀ ਦੇ ਇਹ ਵਾਲੇ ਸਿੰਪਲ ਵਾਇਰ ਵਾਲੇ ਐਲ ਸ਼ੇਪ 'ਚ ਆਉਂਦੇ ਨੇਗੇ ਜਿਹੜੇ ਕਿ ਸਹੀ ਹੁੰਦੇ ਆ ਟੁੱਟਾ ਟੁੱਟਾ ਹੀ ਨਹੀਂ ਹੁੰਦੀ ਛੇਤੀ ਅਤੇ ਬਾਕੀ ਇਹਨਾਂ ਦੇ ਨਾਲ ਈਅਰ ਟਿਪਸ ਮਿਲੇ ਨੇਗੇ ਅਤੇ ਆ ਵੱਡੇ ਛੋਟੇ ਕੰਨਾਂ ਦੇ ਹਿਸਾਬ ਨਾਲ ਅਤੇ ਆ ਡਾਟੇ ਜੀ ਆਪਾਂ ਬਦਲ ਸਕਦੇ ਹਾਂ ਆਪਣੇ ਅਤੇ ਇੰਨੀ ਕੀ ਗੱਲਬਾਤ ਹੈਗੀ ਅਤੇ ਮਾਤਾ ਖੜ੍ਹੇ ਦੇਖੀ ਜਾਂਦੇ ਸੀਗੇ ਕਿ ਆ ਡੱਬੀ ਜੀ ਵਾਲੀ ਸੋਹਣੀ ਹੈਗੀ ਮੰਮੀ ਕਹਿੰਦੇ ਦਿਓ ਭਾਈ ਵਧਾਈਆਂ ਸਾਰੇ ਜਾਣੇ ਅਤੇ ਹਾਂ ਫਿਲਹਾਲ ਅਤੇ ਇੰਨੀ ਕੀ ਕਹਾਣੀ ਸੀਗੀ ਇਸ ਚੀਜ਼ ਦੀ ਅਤੇ ਮਾਤਾ ਖੜ੍ਹੇ ਬੜੇ ਚਾਅ ਨਾਲ ਦੇਖੀ ਜਾਂਦੇ ਆ ਦੇਖੀ ਜਾਂਦੀ ਮੈਂ ਕਦੇ ਖਪਲ ਕਹਿਆ ਮਤਲਬ ਮੇਰੇ ਚਾਰ ਰਗੜੀਆਂ ਵੀ ਛੱਡਿਆ ਹੁਣ ਤੁਸੀਂ ਬਲੌਗ ਆ ਡੱਬੀ ਲਾ ਕੇ ਦੇਖ ਲਿਆ ਕਰੋਗੇ ਖੁੱਲੂਗਾ ਇਹ ਐਂ ਦੂ ਇੱਧਰੋਂ ਮਨ ਤਾਂ ਇੱਥੋਂ ਖੋਲੋ ਇਹਨੂੰ ਇੱਥੋਂ ਖੁੱਲੂਗਾ ਇਹ ਹਾਂ ਵਧੀਆ ਨਾ ਲਾ ਕੇ ਦੇਖੋ ਕੰਨਾਂ 'ਚ ਬੋਣੀ ਮੰਮੀ ਤੋਂ ਕਰਾਉਣੇ ਆਗੇ ਆਹਾਂ ਬਸ ਲਾਉਣਾ ਹਾਂ ਹਾਂ ਬਸ ਲਾ ਲਓ ਇਹ ਦੇਖਾਂ ਕਿਹੜਾ ਖੱਬੇ ਸੱਜਾ ਕੰਨਾਂ 'ਚ ਤਾਂ ਬਾਹਰ ਹੁੰਦੇ ਨੇ ਤਾਂ ਠੀਕ ਹੈ ਕੰਨ ਚ ਠੀਕ ਖੜ ਜਾਂਦੇ ਹੈਗੇ ਤੇ ਬਾਕੀ ਕੰਮ ਚਲਾਓ ਠੀਕ ਨੇ 1100 ਰੁਪਏ ਚ ਮਾੜੇ ਵੀ ਜਾਵਾਂ ਨੀ ਗੇ ਚਲੋ ਮਾਈ ਤੁਸੀਂ ਇਹ ਸਮਝ ਦਿਓ ਹੁਣ ਖੇਤ ਜਾਂਦੇ ਅਸੀਂ ਫਿਲਹਾਲ ਅਤੇ ਇੱਧਰੋਂ ਨੌਜਵਾਨ ਆਪਣਾ ਭਾਈ ਗੱਗੂ ਮਾਸੀ ਕੋਲ ਗਿਆ ਹੋਇਆ ਸੀ ਕੱਲ੍ਹ ਸ਼ਾਮ ਦਾ ਅਤੇ ਇਹ ਵੀ ਪਹੁੰਚ ਗਿਆ ਅਤੇ ਮੈਂ ਕਿਹਾ ਆ ਜਾ ਖੇਤ ਤੇਰੀ ਭਾਰੀ ਮੰਗ ਕਰਨ ਵਾਲੇ ਦੇਖਣ ਵਾਲੇ ਵੀਰ ਭਾਰੀ ਮੰਗ ਕਰਦੇ ਹੈਗੇ ਅਤੇ ਉਹ ਜਾਂਦਾ ਮੂਹਰੇ ਮੂਹਰੇ ਲੱਗਿਆ ਅਤੇ ਬਾਕੀ ਗੱਲਬਾਤ ਉੱਥੇ ਜਾ ਕੇ ਦੇਖਦੇ ਹਾਂ ਭੜਕਦਾ ਫਿਰਦਾ ਸੀ ਬੁਲਾ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਸਮਾਨ ਲਿਆਉਣਾ ਸੀ ਸੂਤਲੀ ਅਤੇ ਗੱਗੂ ਦੀ ਸਤਿ ਸ਼੍ਰੀ ਅਕਾਲ ਦੇਖ ਲਓ ਨਾਲੇ ਐਂ ਤਾਂ ਭਾਈ ਪਿੱਛੇ ਰਹਿ ਗਿਆ ਤਾਂ ਗੱਗੂ ਆਉਣ ਸਾਰਾ ਆਪਦੀ ਕਾਰਵਾਈ ਸ਼ੁਰੂ ਕਰ ਗਿਆ ਕੀ ਹੋ ਗਿਆ ਪੈਪ ਕਾਹਤੋਂ ਹੱਲ ਗਿਆ ਕੀ ਹਾਲ ਆ ਭਾਈ ਮਿਸਤਰੀਆ ਵਧੀਆ ਚਾਹੀਦਾ ਭਾਈ ਤੇ ਭਾਈ ਮਿਸਤਰੀ ਸਾਹਿਬ ਉਰੇ ਆਪ ਬੁਲਾ ਲਏ ਥੋੜ੍ਹੀ ਦਿੱਕਤ ਆ ਕਹਿੰਦੇ ਮੋਟਰ ਨਾ ਤਾਂ ਜਾਂਦੀ ਆ ਨਾ ਥੱਲੇ ਜਾਂਦੀ ਆ ਅਤੇ ਕੋਈ ਦਿੱਕਤ ਸੀ ਤਾਂ ਹੀ ਉਹ ਖੋਲ ਲਈ ਸੀ ਹੁਣ ਪਤਾ ਲੱਗੂ ਉਹਦੇ ਝੂਟਿਆਂ ਨਾਲ ਜਾਂਦੀ ਸੀ ਜਾਂ ਲਗਾਤਾਰ ਚਲਾਉਣ ਦਾ ਆਪਣਾ ਫਾਇਦਾ ਨਾ ਹੋਇਆ ਹੈ ਨਾ ਜਮੇ ਉੱਥੇ ਖੜ ਗਈ ਗਿਆ ਪਾਪਾ ਆ ਪੈਪ ਹੱਲ ਗਿਆ ਨਾਲ ਤਾਂ ਹੋਣ ਲੱਗ ਗਿਆ ਐਂ ਕਾ ਤੂੰ ਪੈਪ ਉੱਤੇ ਉਹੀ ਲਾਇਆ ਸੀ ਮਗਰੋਂ ਲਾਇਆ ਯਾਰ ਖੂਹ ਹੱਟਣ ਵੇਲੇ ਇਹ ਤਾਂ ਇੱਕ ਆ ਉਧਰਲਾ ਟੋਟਾ ਜਿਹਾ ਲਾਇਆ ਸੀ ਹਾਂ ਫਿਰ ਰੌਲਾ ਤਾਂ ਉਹ ਹੱਲ ਗਿਆ ਨਾਲ ਵੀੜਾ ਦੇ ਦਿਆ ਕਰੋ ਬਿੰਦ ਕਦੋਂ ਜੱਪ ਮਾਰ ਲਿਆ ਪਤਾ ਹੋਵੇ ਹੁਣ ਕੜਕ ਕੜਕਦਾ ਤੇ ਚਲਾ ਲੈਂਦੇ 4 ਮਹੀਨੇ ਹੋ ਗਏ ਪਿੱਛੇ ਹੋ ਜਾ ਗੱਗੂ ਪਾਣੀ ਨਹੀਂ ਆਉਂਦਾ ਆਈ ਜਾਂਦੀ ਹੈ ਤਾਂ ਨਹੀਂ ਜਾਂਦੀ ਨਾ ਦਾਣਾ ਨਾ ਜਾਂ ਤਾਂ ਹਾਂ ਹਰ ਵੀ ਗੱਲ ਇਹਦੇ ਨਾਲ ਪੈਪ ਆਈ ਲਾ ਦੋ ਹੈ ਪੈਪ ਆਈ ਲਾ ਦੋ ਚੱਲ ਕਿਹਨਾਂ ਗਾਰ ਨਿਕਲੀ ਉਹ ਚੋਂ ਸੁੰਡ ਹੈਗਾ ਸੁੰਡ ਲੱਗ ਜੂ ਤਾਂ ਦੇਖੀ ਚੱਕ ਕੇ ਸੁੰਡ ਤਾਂ ਹੋਰ ਲਾ ਸੁੰਡ ਇਹਨਾਂ ਉੱਚਾ ਨਹੀਂ ਲੱਗਣਾ ਇਹ ਯਾਰ ਚਲਾ ਕੇ ਛੱਡ ਲਈ ਮੋਟਰ ਇਹਦੇ ਪੈਪ ਤਾਂ ਫਿਰ ਤਾਂ ਖੋਲਣਾ ਪਊਗਾ ਜਗਾੜ ਫੇਰ ਹੀ ਲੱਗੂਗਾ ਲਾਵਾਂਗੇ ਲੋੜ ਹੀ ਨੀ ਪੈਪ ਲਾਉਣ ਦੀ ਹੱਥ ਬੜੀ ਕਰ ਲਾ
आए नहीं आउंदी पापा ए गगू हैंडल बाओ भाई साहब गगू तैनू क्यों लिया यार कोई दिखा कोई कारोबार इत पर कर ला उंगल दे लिया कि चल लै चल पही को करा मठा मठा आ बट ना ढाई चंगा बट तेना चढ़ाई इतो मोड़नी हौली कने बैक करके इधर काम साडा पई होर थोड़ा जिहा अबे चल गया ते आ जिहड़ा उत्ते टोटा ये 10 फुट का सी मगरों पाया सी अड ते ओह किते जोड़ जाड़ उहदा हल गया ते उसे जोड़ च आह मोटर हुण फसी जांदी ना तां आ जांदी ना थले जांदी आ ते मिस्त्री ने हुण इह सलाह दित्ती आ कि तुसीं भाई थोड़ा जिहा वड्डा सुंड ला के इत्थे नूं चला दिओ इक दिन थोड़ा टाइम ते फिर सूत होजू अपने आप थले होजू ते उस तों बाद चलाई जाइओ ते वैसे इह मोटर इत्थों पट्टनी सीगी आपां ते चल वेखदे आ कणकां तक हुण 4-6 महीने होर अपने घेरां फसल पलदी होजूगी ते गग्गू नौजवान आपां भल के लिआंदा सी कि मोटर कढ़ा कढ़ाई करनी है किते ते वी जोर कराउणे आ तेरा ते कम्म अपना फिर अज अध बचाली रह गया ते कम्म सारे विचला विचला ही होई जांदे हैगे थोड़ा मोड़दा थोड़ा आ टोटा है किहदा सीगा क्या अपना मोटर वाला कोठा बस इत मोटर छड़ना या बंद करनी आते सुख ना ये जिद्दां दी मच्छी पाई सी बाले ही साल हो गए तो सानू सान भी नहीं याद करैप्टन की मोटर पाई सी 10 दी ते खैर सुख ना चलती सोहनी सी पानी हले भी सोहना देई जांदी सी ये कई बार पानी पता घटा जी करती सी जां कदे कदे गंदल जी आउंदी सी वो चैक करनी सी तां करके कढ़ी सी हुण ये इस पाइप चढ़ गई ते एक बार इहनू चला के अहीं कम चलावांगे थोड़ा चिर कणक तक फिर अहीं डंग ला लांगे ते अगली गलबात फिर देखांगे गगू ना यहाँ लिया मोटर ही फसा गया है ना वे कदों गया सी मासी को मुंडा नेरे नेरी आता तो नेरे नेरी आ जाता है ठंड रुंड मानता ही नहीं तो देखने वाले की आखेगा सारे आए जी करते फिर तेरे आखे लग जाएंगे बस सूत है कम कहता मन भी तो खाल च नजार दी कहते कहना अंगूठा जगदा जगदा माता जी दे भाई धारां दा टाइम हो गया ते अपना जिम दी ड्यूटी दा ते कल मिस्त्री आ इन्ना क अपना तामा जामा जिहड़ा इह सैट कर गया सीगा अज इह उत्थी आ कम्म ते अज मिस्त्री नूं बुलाया नहीं गा ते इक अद्धे दिन तक बुला लांगे नाले होर कम्म करके गा दिहाड़ी पूरी लवा लांगे ते कई वीर कहिंदे सीगे भाई वधिया कम्म करिआ मिस्त्री ने 1.5 दिन दा कम्म इक दिन च निबेड़ गया खैर मिस्त्री भाई जोरदार आ वधिया ताइयों 4 इट्टां उहने इक हत्थ नाल चकदी सी कोई तजर्बे वाली इह मतलब कोई ट्रिक नहीं हैगी इह ते इह मतलब हत्थ दे जोर नाल ही चक्की जांदियां चंगी सोहणी पकड़ होवे ते बाकी वेखदे आ कि इक वीर कहिंदा सी भाई दिहाड़ी किन्नी आ मिस्त्री दी पिछले साल 600 सीगी भाई हुण पता नहीं गा ते कल वाले ब्लॉग च पता करके तुहानूं लाजमी दस देंगे ते खैर कल जिहड़ी बात पाई सीगी की सी मम्मी इधर कणकां उधर कणकां विच कणकां दे राह मज्ज डरी जांदी आ थोड़ी थोड़ी मैथों कोई ना इधर जाना मैं अगे नूं इधर कणकां उधर कणकां विच कणकां दे राह बिच अमरीकन गावं चर दियां लह लह करदा घा कुड़े ऐ जे सी कुछ पता नहीं भुल जाना एक तो मैं ऐ तो सही उत्तर सीगा भाई जूआ बहुत सारे वीर भैणां ने जूआ उत्तर दिता सारे का धन्नवाद ते आ परसों जो उत्थे एक बई कहिंदा सीगा भाई पल्लियां नहीं लाइयां कहिंदा ठंड ज्यादा होगी ठंड अज थोड़ी जी ठंड जी रड़की है हाँ पाती मम्मी बात हाँ दसती वो हाँ बोलती सही बोली सी
ਤੇ ਮਾਤਾ ਬਾਤ ਦਰਾ ਕੇ ਦੱਸੀ ਜਾਂਦੇ ਸੀਗੇ ਮੈਂ ਐਵੇਂ ਜੀ ਬੋਲਤੀ ਬਸ ਟੁੱਟ ਭੱਜ ਹੋ ਜਾਂਦੀ ਉਹਦੇ ਪਰ ਬਸ ਤੁਸੀਂ ਆਪੇ ਐਡਜਸਟ ਕਰਦੇ ਕਰੋ। ਠੰਡਕ ਜੀ ਅੱਜ ਹੋਈ ਆ ਥੋੜ੍ਹੀ ਜਿਹੀ ਵੈਸੇ ਪਹਿਲਾਂ ਬਾਹਲੀ ਠੰਡ ਨਹੀਂ ਹੈਗੀ ਸੀ ਬਈ ਆਹ ਇੱਕ ਪੱਲੀ ਜੀ ਲਾ ਤੀ ਸੀ ਇਸ ਸਾਈਡ ਕੱਟਰੂ ਹੀ ਆਉਂਦੇ ਹੈਗੇ ਅਤੇ ਬਾਕੀ ਕੱਲ੍ਹ ਨੂੰ ਜੜਦੇ ਹੈਗੇ ਹੁਣ ਠੰਡ ਦਿਨੋਂ ਦਿਨ ਫਿਰ ਵਧੀ ਜਾਊਗੀ ਅਤੇ ਹਾਂ ਮਾਤਾ ਨੇ ਧਾਰ ਕੱਢ ਲਈ ਅਤੇ ਨਵੀਂ ਬਾਤ ਵੀ ਕੋਈ ਪਾ ਹੀ ਲੈਂਦੇ ਹਾਂ ਮਾਤਾ ਉਹ ਪਾ ਲੈਂਦੇ ਹਾਂ ਕਿਹੜੀ ਗੱਲ ਕਰੀ ਜਾਂਦੇ ਸੀਗੇ ਤੁਸੀਂ ਪਹਿਲਾਂ ਨਹੀਂ ਉਸ ਵਾਲੀ ਕਿਸੇ ਦੇ ਦੋ ਕਿਸੇ ਦੇ ਚਾਰ ਘਰ ਘਰ ਦਾ ਸ਼ਿੰਗਾਰ ਕਿਸੇ ਦੇ ਇੱਕ ਕਿਸੇ ਦੇ ਕੋਈ ਘਰ ਨਾ ਕੋਈ ਘਰ ਇਸ ਤੋਂ ਬਣ ਜਾਣਾ ਕਿਸੇ ਦੇ ਦੋ ਕਿਸੇ ਦੇ ਚਾਰ ਇੰਨੀ ਐਵੇਂ ਜੀ ਸੀਗੀ ਸਾਰੀ ਘਰ ਘਰ ਦਾ ਸ਼ਿੰਗਾਰ ਕਿਸੇ ਦੇ ਕੋਈ ਅੰਦਰ ਰੱਖੇ ਕੋਈ ਬਾਹਰ ਕੋਈ ਘਰ ਇਸ ਤੋਂ ਬਣ ਜਾਣਾ ਕਿਸੇ ਦੇ ਦੋ ਕਿਸੇ ਦੇ ਚਾਰ ਤੇ ਕਮੈਂਟ ਜ਼ਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਬੇਟਾ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਬੇਟਾ ਸੁਣ ਸਾਰਿਆਂ ਨੂੰ ਧੰਨਵਾਦ ਠੀਕ ਹੈ ਮਾਤਾ ਜੀ ਧੰਨਵਾਦ ਤੁਸੀਂ ਵੀ ਕਰੋ ਕੰਮ ਤੇ ਮੈਂ ਵੀ ਪਹੁੰਚ ਦਾਂਗਾ ਕੰਮ ਨੂੰ ਤੇ ਬਿੱਲੀਆਂ ਡਿੱਕੀ ਜਾਂਦੀਆਂ ਦੁੱਧ ਪਿਆਓ ਇਹਨਾਂ ਨੂੰ ਅਤੇ ਖੈਰ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਹਲਕਾ ਜਿਹਾ ਅੱਜ ਵੀ ਮੈਂ ਲੇਟ ਹੋ ਗਿਆ ਜਿੰਮ ਦੀ ਡਿਊਟੀ 'ਚੋਂ ਅੱਖਾਂ 'ਚ ਰੜਕਦੀ ਹੋਈ ਨੀਂਦ ਦੇ ਨਾਲ ਦਾਸ ਵੱਧ ਗਏ ਅੱਗੇ ਜਿੰਮ ਵੱਲ ਅਤੇ ਜਿੰਮ ਦੀ ਗੱਲਬਾਤ ਖੈਰ ਕਰਦੇ ਰਿਹਾ ਕਰਾਂਗੇ ਵਿੱਚ ਦੀ ਜਿੱਦਾਂ ਬਲੌਗ ਜ਼ਿਆਦਾ ਲੰਬਾ ਹੋ ਜਾਂਦਾ ਉਦੇ ਫਿਰ ਮੈਂ ਟਾਈਮ ਨਾਲ ਹੀ ਸਮਾਪਤੀ ਕਰ ਜਾਂਦਾ ਗਾ ਨਾਲੇ ਅਤੇ ਉੱਥੇ ਫਿਰ ਗੁਰਬਲ ਜ਼ਿਆਦਾ ਹੁੰਦੀ ਆ ਕੰਨ ਪਾਈ ਗੱਲ ਨਹੀਂ ਸੁਣਦੀ ਕਾਪੀਰਾਈਟ ਕਲੇਮ ਆਉਂਦੇ ਫਿਰ ਕੱਟਾ ਕਟਾਈ ਬਾਹਲਾ ਕੰਮ ਵੱਧ ਜਾਂਦਾ ਤਾਂ ਇੰਨਾ ਕੁ ਸੀ ਪ੍ਰੋਗਰਾਮ ਜਾਂਦੇ ਜਾਂਦੇ ਲਾਈਕ ਲਾਜ਼ਮੀ ਕਰ ਜੇ ਸੋਹਣਾ ਜਿਹਾ ਕਮੈਂਟ ਕਰਦੇ ਕਰੋ ਨਾਲ ਅਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ।